ਐਮਐਲਏ ਡਾਕਟਰ ਵਿਜੇ ਸਿੰਗਲਾ ਨੇ ਪਿੰਡ ਬੁਰਜ ਹਰੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਨਵੇਂ ਬਣ ਰਹੇ ਸਟੇਡੀਅਮ ਵਿੱਚ ਲਗਾਏ ਬੂਟੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਆਮ ਆਦਮੀ ਪਾਰਟੀ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਮਦਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉੱਥੇ ਹੀ ਮਾਨਸਾ ਤੋਂ ਐਮਐਲਏ ਡਾਕਟਰ ਵਿਜੇ ਸਿੰਗਲਾ ਵੱਲੋਂ ਪਿੰਡ ਬੁਰਜ ਹਰੀ ਵਿਖੇ ਪਾਰਟੀ ਵਰਕਰਾਂ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਨਵੇਂ ਬਣ ਰਹੇ ਸਟੇਡੀਅਮ ਵਿੱਚ ਬੂਟੇ ਲਗਾ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਹਨਾਂ ਪਾਰਟੀ ਵਰਕਰਾਂ ਨਾਲ ਕੇਕ ਕੱਟ ਕੇ ਵੀ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ। ਜਾਣਕਾਰੀ ਦਿੰਦਿਆਂ ਐਮਐਲਏ ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਹਾੜੇ ਮੌਕੇ ਪਿੰਡ ਅੰਦਰ ਸਾਂਝੀਆਂ ਥਾਵਾਂ ਅਤੇ ਨਵੇਂ ਬਣ ਰਹੇ ਸਟੇਡੀਅਮ ਵਿੱਚ ਬੂਟੇ ਲਗਾਏ ਗਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਅੱਜ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਹੋਰਾਂ ਦਾ ਜਨਮ ਦਿਨ ਹੈ। ਉਸ ਜਨਮ ਦਿਨ ਦੀ ਖੁਸ਼ੀ ਵਿੱਚ ਸਾਡੇ ਸਾਰੇ ਵਰਕਰ ਵਲੰਟੀਅਰ ਇਕੱਠੇ ਹੋਏ ਆ ਔਰ ਅੱਜ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਜੋ ਉਪਰਾਲਾ ਸਰਕਾਰ ਕਰ ਰਹੀ ਹੈ ਉਹਦੇ 'ਚ ਇੱਕ ਕਦਮ ਹੋਰ ਮਿਲਾਉਂਦੇ ਹੋਏ ਅੱਜ ਪਲਾਂਟੇਸ਼ਨ ਕੀਤੀ ਗਈ ਹੈ ਔਰ ਮੈਨੂੰ ਆਸ ਹੈ ਕਿ ਅੱਜ ਦੇ ਇਸ ਮੌਕੇ 'ਤੇ ਜਦੋਂ ਮੁੱਖ ਮੰਤਰੀ ਸਾਹਿਬ ਦਾ ਜਨਮ ਦਿਨ ਹੈ ਤਾਂ ਸਾਰੇ ਸਾਡੇ ਵਰਕਰਸ ਨੂੰ ਵਲੰਟੀਅਰ ਨੂੰ ਸਾਡੀਆਂ ਪੰਚਾਇਤਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਜਿੱਥੇ ਆਪਾਂ ਹੁਣ ਆਉਣ ਵਾਲੇ ਸਮੇਂ 'ਚ ਜਦੋਂ ਹੁਣ ਜੀਰੀ ਵੱਢੀ ਜਾ ਰਹੀ ਹੈ ਕਿ ਜਿਹੜੀ ਰਹਿੰਦ ਖੂੰਹਦ ਹੈ ਉਹਨੂੰ ਨਾ ਫੂਕੀਏ ਆਪਣੇ ਵਾਤਾਵਰਨ ਨੂੰ ਬਚਾਈਏ ਔਰ ਵੱਧ ਤੋਂ ਵੱਧ ਪਲਾਂਟਸ ਲਾ ਕੇ ਵੱਧ ਤੋਂ ਵੱਧ ਦਰਖਤ ਲਾ ਕੇ ਪੰਜਾਬ ਨੂੰ ਮੁੜ ਉਹੀ ਹਰਿਆ ਭਰਿਆ ਬਣਾਈਏ ਕਿਉਂਕਿ ਬੜੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜਿੱਥੇ ਸਾਡਾ ਸਾਰੇ ਦੇਸ਼ ਦਾ ਲਗਭਗ 23% ਹਿੱਸਾ ਦਰਖਤਾਂ ਦੇ ਥੱਲੇ ਹੈ ਜੰਗਲਾਂ ਦੇ ਥੱਲੇ ਹੈ ਤਾਂ ਪੰਜਾਬ ਦਾ ਸਿਰਫ 4-5% ਹਿੱਸਾ ਰਹਿ ਗਿਆ ਜਦੋਂ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਸੋ ਸਾਨੂੰ ਇਸ 'ਤੇ ਸੋਚਣ ਦੀ ਲੋੜ ਹੈ। ਸੋ ਅੱਜ ਦੇ ਇਸ ਮੌਕੇ 'ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜ਼ਰੂਰ ਆਪਣੇ ਖੇਤਾਂ 'ਚ ਘਰਾਂ 'ਚ ਔਰ ਜਿੱਥੇ ਵੀ ਆਪਾਂ ਲਾ ਸਕਦੇ ਹਾਂ 4-5 ਪਲਾਂਟ ਬੂਟੇ ਲਾਈਏ ਔਰ ਉਹਨਾਂ ਨੂੰ ਪਾਲ ਕੇ ਵੱਡੇ ਕਰੀਏ।